हेलो फ्रेंड वेलकम टू ऑल माय यूट्यूब चैनल तो फ्रेंड्स आज हम साइंस के इम्पोर्टेंट एमसीक्यू डिस्कस करने जा रहे हैं तो इससे पिछली वीडियो में हमने फर्स्ट पांच क्वेश्चन डिस्कस किए थे और जिन लोगों ने वो वीडियो नहीं देखी उसका जो लिंक है आपको डिस्क्रिप्शन में मिल जाएगा वो पहले वीडियो देख लें आज हम क्वेश्चन डिस्कस करने जा रहे हैं क्वेश्चन नंबर सिक्स तो इसी के साथ वीडियो शुरू करते हैं क्वेश्चन नंबर सिक्स है सोडियम ਹਾਈਡਰੋਆਕਸਾਈਡ NaOH ਦਾ ਕੋਲ 10 ml ਕੋਲ HCl ਦੇ 8 ml ਕੋਲ ਨਾਲ ਪੂਰਨ ਤੌਰ ਤੇ ਉਦਾਸਨ ਹੋ ਜਾਂਦਾ ਹੈ ਜੇਕਰ ਅਸੀਂ ਸੋਡੀਅਮ ਹਾਈਡਰੋਆਕਸਾਈਡ ਦੇ ਉਸੇ ਕੋਲ ਦੇ 20 ml ਲਈ ਤਾਂ ਉਸ ਦਾ ਉਦਾਸਨ ਕਰਨ ਲਈ HCl ਦੇ ਉਸ ਕੋਲ ਦੀ ਕਿੰਨੀ ਮਾਤਰਾ ਦੀ ਜ਼ਰੂਰਤ اويهਗੀ ਸਾਡੇ ਕੋਲ অপਸ਼ਨ ਹੈ 4 ml 8 ml 12 ml ਤੇ 16 ml ਪਹਿਲਾ ਕੀ ਸੀ ਕਿ ਸੋਡੀਅਮ ਹਾਈਡਰੋਕਸਾਈਡ ਦਾ ਜਿਹੜਾ ਕੋਲ ਹੈ ਉਹ ਹੈ 10 ml ਤੇ HCl ਦਾ ਕਿੰਨਾ ਜੀ 8 ml ਉਸ ਤੋਂ ਬਾਅਦ ਕਹਿੰਦਾ ਕਿ ਸੋਡੀਅਮ ਹਾਈਡਰੋਕਸਾਈਡ ਦਾ ਜਿਹੜਾ ਕੋਲ ਹੈ ਉਹ ਅਸੀਂ 20 ml ਨੇ ਤੇ HCl ਦਾ ਕਿੰਨਾ ਲਵਾਂਗੇ ਠੀਕ ਹੈ ਜੀ ਅਗਰ ਅਸੀਂ ਇਹਨੂੰ ਉਦਾਸੀਨ ਕਰਨਾ ਹੈ ਤਾਂ HCl ਦਾ ਜਿੰਨਾ ਪਹਿਲਾਂ ਲਿਆ ਹੈ ਉਸ ਤੋਂ ਇਹਨੂੰ ਡਬਲ ਕਰ ਦਾਂਗੇ ਮੀਨਸ ਇੱਥੇ 10 ml ਦਾ BMl ਹੋ ਗਿਆ ਇੱਥੇ 8 ml ਦਾ ਕਿੰਨਾ ਆ ਜਾਏਗਾ ਤੁਹਾਡੇ ਕੋਲ ਡਬਲ ਕਰ ਦਾਂਗੇ ਕਿੰਨਾ ਆ ਜਾਏਗਾ 16 ml ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ D ਇਜ਼ ਦਾ ਰਾਈਟ ਆਨਸਰ 16 ml ਕੁਐਸਚਨ ਨੰਬਰ 7 ਹੈ ਹੀਟ ਲਿਖਿਆ ਵਿੱਚੋਂ ਕਿਹੜੀ ਕਿਸਮ ਦੀ ਦਵਾਈ ਬਦ ਹਜਮੀ ਦਾ ਇਲਾਜ ਕਰਨ ਲਈ ਵਰਤੀ ਜਾਂਦੀ ਹੈ ਫਸਟ অপਸ਼ਨ ਹੈ ਐਂਟੀਬਾਇਟਿਕ ਸੈਕੰਡ অপਸ਼ਨ ਹੈ ਐਂਟ ਐਸਿਡ অপਸ਼ਨ ਸੀ ਹੈ ਐਂਡਲੋਜੈਸਿਕ অপਸ਼ਨ ਡੀ ਹੈ ਐਂਟੀਸੈਪਟਿਕ ਇਸ ザ ਰਾਈਟ অপਸ਼ਨ ਹੈ ਜੀ অপਸ਼ਨ ਬੀ ਐਂਟ ਐਸਿਡਸ ਬਦ ਹਜ਼ਮੀ ਵਾਸਤੇ ਬਦ ਹਜ਼ਮੀ ਦੇ ਇਲਾਜ ਕਰਨ ਵਾਸਤੇ ਵਰਤੀ ਜਾਂਦੀ ਹੈ ਨੈਕਸਟ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ ਵਿਸਥਾਪਨ ਪ੍ਰਤੀਕਿਰਿਆ ਕਰੇਗਾ অপশন এ সোডিয়াম ক্লোরাইড কোল ਅਤੇ ਕਾਪਰ ਧਾਤ ম্যাগਨੀਸ਼ੀਅਮ ক্লোরাইড কোল ਅਤੇ ਐਲੂਮੀਨੀਅਮ ਧਾਤ ਆਇਰਨ ਸਲਫੇਟ কোল ਅਤੇ ਸਿਲਵਰ ਧਾਤ ਜਾਂ ਸਿਲਵਰ ਨਾਈਟ੍ਰੇਟ কোল ਅਤੇ ਕਾਪਰ ਧਾਤ ਤੋਂ ਇਹਨਾਂ ਵਿੱਚ ਸਾਨੂੰ ਪਤਾ ਹੈ ਕਿ ਜਿਹੜੀ ਕਾਪਰ ਹੈ ਉਹ ਸਭ ਤੋਂ ਜ਼ਿਆਦਾ ਜਿਹੜੀ ਕਿਰਿਆਸ਼ੀਲ ਹੈ ਤੇ ਸਿਲਵਰ ਜਿਹੜੀ ਹੈ ਉਹ ਸਭ ਤੋਂ ਘੱਟ ਹੈ ਤੋਂ ਇਸ ਕਾਰਨ ਜਿਹੜੀ ਕਾਪਰ ਹੈ ਉਹ ਸਿਲਵਰ ਨੂੰ ਵਿਸਥਾਪਨ ਕਰ ਦੇਗੀ ਇਸ ਕਰਕੇ ਇਸ ਦਾ ਆਨਸਰ ਆ ਜਾਏਗਾ ਆਪਸ਼ਨ ਡੀ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਸ਼ਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ ਆਇਰਨ ਦੀ ਕੜਾਈ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਉਪਯੁਕਤ ਹੈ ਆਪਸ਼ਨ ਏ ਹੈ ਗ੍ਰੀਸ ਲਗਾਉਣ ਲਈ ਪੇਟ ਕਰਨਾ ਜਾਂ ਜ਼ਿੰਕ ਦੀ ਪਰਤ ਚੜਾਉਣਾ ਜਾਂ ਉਕਤ ਸਾਰੇ ਤੋਂ ਇਸ ਦਾ ਰਾਈਟ ਆਪਸ਼ਨ ਹੈ ਜੀ ਆਪਸ਼ਨ ਸੀ ਜ਼ਿੰਕ ਦੀ ਪਰਤ ਚੜਾਉਣ ਦੇ ਨਾਲ ਜਿਹੜਾ ਕਿ ਜੰਗ ਲੱਗਣੇ ਤੋਂ ਬਚਾਇਆ ਜਾ ਸਕਦਾ ਹੈ ਕੜਾਈ ਨੂੰ ਜ਼ਿੰਕ ਦੀ ਪਰਤ ਚੜਾਉਣ ਦੇ ਨਾਲ ਨੈਕਸਟ ਇੱਕ ਤੱਤ ਆਕਸੀਜਨ ਨਾਲ ਪ੍ਰਤੀਕਿਰਿਆ ਕਰਕੇ ਉੱਚ ਪਿਗਲਰ ਅੰਕ ਵਾਲਾ ਜੋਗਿਕ ਬਣਾਉਂਦਾ ਹੈ ਇਹ ਜੋਗਿਕ ਪਾਣੀ ਵਿੱਚ ਵੀ ਕੁਲੰਸ਼ੀਲ ਹੈ ਸੰਭਵ ਤੌਰ ਤੇ ਇਹ ਤੱਤ ਹੈ ਕਿਹੜਾ ਤੱਤ ਹੈ ਕੈਲਸ਼ੀਅਮ ਹੈ ਕਾਰਬਨ ਹੈ ਸਿਲੀਕੋਨ ਹੈ ਜਾਂ ਆਇਰਨ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਕੈਲਸ਼ੀਅਮ ਠੀਕ ਹੈ ਜੀ ਕੈਲਸ਼ੀਅਮ ਜਦੋਂ ਆਕਸੀਜਨ ਨਾਲ ਰੈਕਟ ਕਰਦਾ ਹੈ ਤੇ ਕੈਲਸ਼ੀਅਮ ਆਕਸਾਈਡ ਬਣਾਉਂਦਾ ਹੈ ਜਿਹੜਾ ਕਿ ਇੱਕ ਆਇਨਿਕ ਜੋਗਿਕ ਹੈ ਨੈਕਸਟ ਕੁਸ਼ਨ ਹੈ ਭੋਜਨ ਰੱਖਣ ਵਾਲੇ ਕੈਨਾ ਨੂੰ ਟੀਨ ਦੀ ਚਾਲ ਕੀਤੀ ਜਾਂਦੀ ਹੈ ਜ਼ਿੰਕ ਦੀ ਨਹੀਂ ਕਿਉਂਕਿ ਜ਼ਿੰਕ ਤੀਨ ਨਾਲੋਂ ਮਹਿੰਗੀ ਹੁੰਦੀ ਹੈ ਜਾਂ ਜ਼ਿੰਕ ਦਾ ਪਿਗਲਨ ਅੰਕ ਤੀਨ ਨਾਲੋਂ ਉੱਚਾ ਹੁੰਦਾ ਹੈ ਜਾਂ ਜ਼ਿੰਕ ਤੀਨ ਨਾਲੋਂ ਵਧੇਰੇ ਕਿਰਿਆਸ਼ੀਲ ਹੈ ਜਾਂ ਜ਼ਿੰਕ ਤੀਨ ਨਾਲੋਂ ਘੱਟ ਕਿਰਿਆਸ਼ੀਲ ਹੈ ਇਸ ਦਾ ਆਪਸ਼ਨ ਹੈ ਜੀ ਆਪਸ਼ਨ ਸੀ ਜ਼ਿੰਕ ਜਿਹੜੀ ਹੈ ਉਹ ਤੀਨ ਦੇ ਨਾਲੋਂ ਵਧੇਰੇ ਕਿਰਿਆਸ਼ੀਲ ਹੈ ਇਸ ਕਾਰਨ ਉਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਨੈਕਸਟ ਕੁਐਸਚਨ ਹੈ ਇਥੀਨ ਦਾ ਅਣੂਸੂਤਰ C2H6 ਹੈ ਇਸ ਵਿੱਚ ਕੀ ਹੈ 6 ਸਹਿਜੋਜਕ ਬੰਧਨ ਹਨ 7 ਸਹਿਜੋਜਕ ਬੰਧਨ ਹਨ 8 ਸਹਿਜੋਜਕ ਬੰਧਨ ਹਨ 9 ਸਹਿਜੋਜਕ ਬੰਧਨ ਹਨ ਤੋਂ ਇਹ ਤੁਸੀਂ ਇਹਨਾਂ ਦੀ ਸਟਰਕਚਰ ਦੇਖ ਸਕਦੇ ਹੋ C2H6 ਦਾ ਤੇ ਇਹਦੇ ਵਿੱਚ ਸਹਿ ਬੰਧਨ ਹਨ 1 2 3 4 5 6 ਤੇ 7 ਜਿਸ ਦਾ ਆਪਸ਼ਨ ਆ ਜਾਏਗਾ ਆਪਸ਼ਨ ਨੰਬਰ B 7 ਸਹਿਜੋਜਕ ਬੰਧਨ ਹਨ नेक्स्ट क्वेश्चन है नेक्स्ट क्वेश्चन है ब्यूटेनॉन चार कार्बन यौगिक है जिस क्रियात्मक समूह है कारबाक्सलिक तेजाब एल्डिहाइड कीटोन या कीटॉन या हेलकोल राइट ऑप्शन right है ऑप्शन सी कीटोन इज़ द राइट आंसर ਨੈਕਸਟ ਕੁਐਸਚਨ ਹੈ ਭੋਜਨ ਪਕਾਨ ਸਮੇ ਜੇਕਰ ਭਾਂਡਿਆਂ ਦਾ ਥੱਲਾ ਬਾਹਰੋਂ ਕਾਲਾ ਹੋ ਰਿਹਾ ਹੈ ਤਾਂ ਇਸ ਤੋਂ ਸਪਸ਼ਟ ਹੈ ਕਿ ਆਪਸ਼ਨ A ਹੈ ਭੋਜਨ ਪੂਰੇ ਰੂਪ ਵਿੱਚ ਨਹੀਂ ਪੱਕਿਆ ਜਾਂ ਬਾਲਨ ਪੂਰੀ ਤਰ੍ਹਾਂ ਨਹੀਂ ਜਲ ਰਿਹਾ ਜਾਂ ਬਾਲਨ ਸਿੱਲਾ ਹੈ ਜਾਂ ਬਾਲਨ ਪੂਰੀ ਤਰ੍ਹਾਂ ਜਲ ਰਿਹਾ ਹੈ ਤਾਂ ਆਪਸ਼ਨ B ਇਜ਼ ਦਾ ਰਾਈਟ ਆਨਸਰ ਹੈ ਬਾਲਨ ਪੂਰੀ ਤਰ੍ਹਾਂ ਨਹੀਂ ਜਲ ਰਿਹਾ ਤੋ ਫਰੈਂਡਸ ਅਗਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੈ ਹਿੰਦ